ਬੇਰੁਜ਼ਗਾਰ ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ ਦੀ ਮੁੱਖ ਮੰਤਰੀ ਦੇ ਸਿਆਸੀ ਖਤਰ ਕੈਪਟਨ ਸੰਦੀਪ ਸੰਦੂ ਨਾਲ ਹੋਈ ਮੀਟਿੰਗ ਵਿੱਚੋਂ ਮਹਿਜ਼ ਇੱਕ ਹੋਰ ਮੀਟਿੰਗ ਹੀ ਨਸੀਬ ਹੋਈ ਹੈ ਯੂਨੀਅਨ ਦੇ ਪ੍ਰਧਾਨ ਦੀਪਕ ਕੰਬੋਜ ਨੇ ਦੱਸਿਆ ਕਿ ਕੈਪਟਨ ਸੰਦੂ ਨੇ ਮਹਿਜ਼ ਕੱਲ ਮੁੱਖ ਮੰਤਰੀ ਦੇ ਪ੍ਰਮੁਖ ਖਤਰ ਸੁਰੇਸ਼ ਕੁਮਾਰ ਨਾਲ ਮੀਟਿੰਗ ਕਰਵਾਉਣ ਦਾ ਸਿਰਫ ਹਜੇ ਤੱਕ ਭਰੋਸਾ ਹੀ ਦਿੱਤਾ ਹੈ ਬੇਰੁਜ਼ਗਾਰ ETT TET ਪਾਸ ਜੂਨੀਅਨ ਲੰਮੇ ਸਮੇਂ ਤੋਂ ਸੰਘਰਸ਼ ਕਰ ਰਿਹਾ ਤੇ ਹੁਣੇ ਅੱਜ ਪੰਜਾਬ ਸੈਕਟਰੀਟ ਤੇ ਇਹਨਾਂ ਦੀ ਮੀਟਿੰਗ ਹੋਈ ਹੈ ਸਰਕਾਰ ਨਾਲ ਇਹਨਾਂ ਨੂੰ ਪੁੱਛਦੇ ਆ ਕਿ ਕੀ ਪੱਲੇ ਪਿਆ ਆ ਦੀਪਕ ਜੀ ਕੀ ਅੱਜ ਮੀਟਿੰਗ ਚੋਂ ਨਿਕਲੇ ਅੱਜ ਜਿਹੜੀ 23 ਤਰੀਕ ਦੀ ਸਾਨੂੰ ਮੀਟਿੰਗ ਮਿਲੀ ਸੀਗੀ ਕੇਵਲ ਕੈਪਟਨ ਸੰਦੀਪ ਸੰਧੂ ਨਾਲ ਹੀ ਜਿਹੜੀ ਉਹ ਮੀਟਿੰਗ ਕੀਤੀ ਗਈ ਨਾਲ ਦੇ ਨਾਲ ਇਹ ਸੀਗਾ ਵੀ ਕੈਪਟਨ ਸੰਦੀਪ ਸੰਧੂ ਵੱਲੋਂ ਐਜੂਕੇਸ਼ਨ ਸੈਕਟਰੀ ਨਾਲ ਫੋਨ ਤੇ ਜਿਹੜਾ ਉਹ ਰਾਬਤਾ ਬਣਾਇਆ ਗਿਆ ਜਿਹੜੀ ਸਾਡੀ ਮੰਗ ਸੀਗੀ ਅਸੀਂ ਸੰਧੂ ਸਾਹਿਬ ਦੇ ਅੱਗੇ ਰੱਖੀ ਹੈ ਅਸੀਂ ਤਾਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਜੇਕਰ ਤੁਸੀਂ ETT ਦੀ ਪੋਸਟ ਨੋਟੀਫਿਕੇਸ਼ਨ ਤੇ ਕੱਢਿਆ ਹੈ ਤਾਂ ਤੁਸੀਂ ਜੇਕਰ B.Ed ਨੂੰ ਭਰਤੀ ਕਰਨਾ ਤੁਸੀਂ ਉਹਨਾਂ ਦੇ ਉੱਪਰ B.Ed ਲਿਖ ਦਿੰਦੇ ਕਿਉਂਕਿ ਜੇ ETT ਦੀ ਭਰਤੀ ਹੋ ਰਹੀ ਆ ਤਾਂ ਇੱਥੇ ETT ਹੀ ਚਾਹੀਦਾ ਸੋ ਸਾਡੀ ਜਿਹੜੀ ਇਹ ਮੰਗ ਹੈ 364 ਪੋਸਟਾਂ ਤੇ ਪ੍ਰੀਫਰੈਂਸ ਜਿਹੜੀ ਉਹ ETT ਨੂੰ ਹੋਣੀ ਚਾਹੀਦੀ ਏ ਕਿਉਂ ਦਿੱਤੀ ਜਾ ਰਹੀ B.Ed ਨੂੰ ਕਿਉਂ ਦਿੱਤੀ ਕੀ ਤਰਕ ਲੱਗਦਾ ਤੁਹਾਡੇ ਦੇਖੋ ਜੀ ਇਹ ਸਰਾਸਰ ਪਤਾ ਚੱਲ ਰਿਹਾ ਜੀ ਆਪਦੇ ਚਿਹਤਿਆਂ ਨੂੰ ਅੱਗੇ ਲਿਹਾ ਕੇ ਤੇ ਪੰਜਾਬ ਸਰਕਾਰ ਜਿਹੜੀ ਆ ਉਹ ਬੀਏ ਡਵਾਲਿਆਂ ਨੂੰ ਤੇ ਨਾਲ ਜਿਹੜੇ ਹੈਗੇ ਆ ਕੰਟਰੈਕਟ ਬੇਸ ਰੱਖੇ ਉਹਨਾਂ ਨੂੰ ਉਹਨਾਂ ਤੇ ਕਨਸੀਡਰ ਕੀਤਾ ਜਾ ਰਿਹਾ ਕੀ ਤੁਹਾਨੂੰ ਕੀ ਲੱਗਦਾ ਹੁਣ ਕੀ ਅਗਲਾ ਪ੍ਰੋਗਰਾਮ ਤੁਹਾਡਾ ਦੇਖੋ ਜੀ ਅਸੀਂ ਮੀਟਿੰਗ ਲੈ ਕੇ ਆਏ ਸੀ ਪੂਰੀ ਸਾਨੂੰ ਉਮੀਦ ਸੀ ਕਿ ਸੰਧੂ ਸਾਹਿਬ ਦੇ ਨਾਲ ਜਿਹੜੀ ਉਹ ਮੀਟਿੰਗ ਸਾਡੀ ਸਕਸੈਸਫੁਲ ਹੋ ਗਈ ਸਾਡੀ ਮੰਗ ਤੇ ਜਿਹੜਾ ਉਹ ਪੂਰੇ ਕਰੇ ਉਤਰਨਗੇ ਠੀਕ ਹੈ ਸੰਧੂ ਸਾਹਿਬ ਨੇ ਸਾਡੀ ਗੱਲ ਸੁਣੀ ਹੈ ਪਰੰਤੂ ਉਹਨਾਂ ਨੇ ਸਾਨੂੰ ਕੱਲ ਦੀ ਸਮਾਂ ਦਿੱਤਾ ਹੈ ਵੀ ਚੀਫ ਸਕੱਟਰੀ ਨਾਲ ਬੈਠ ਕੇ ਤੁਹਾਡੀ ਜਿਹੜੀ ਉਹ ਅਸੀਂ ਮੀਟਿੰਗ ਕਰਵਾਵਾਂਗੇ ਚੀ ਸੁਰੇਸ਼ ਕੁਮਾਰ ਜੀ ਨਾਲ ਮੀਟਿੰਗ ਕਰਵਾਵਾਂਗੇ ਜਿੰਦੇ ਵਿੱਚ ਐਜੂਕੇਸ਼ਨ ਸੈਕਟਰੀ ਨੂੰ ਵੀ ਬੁਲਾਇਆ ਜਾਊਗਾ ਫਿਰ ਤੁਹਾਡਾ ਜਿਹੜਾ ਮਸਲੇ ਦਾ ਹੱਲ ਕੀਤਾ ਜਾਊਗਾ ਸੋ ਅੱਜ ਫਿਰ ਈਟੀਟੀ ਬੇਰਗਰ ਜਿਹੜੇ ਅਧਿਆਪਕ ਨੇ ਉਹਨਾਂ ਨੂੰ ਮੀਟਿੰਗ ਵਿੱਚੋਂ ਇੱਕ ਹੋਰ ਮੀਟਿੰਗ ਮਿਲੀ ਹੈ ਮੇਰਾ ਖਿਆਲ ਇਦਾਂ ਦੀਆਂ ਦਰਜਣਾ ਮੀਟਿੰਗਾਂ ਜਿਹੜੀਆਂ ਨੇ ਇਹ ਬੇਰਗਰ ਕਰ ਚੁੱਕੇ ਨੇ ਹੁਣ ਦੇਖਦੇ ਆਂ ਕਿ ਕੱਲ ਦੀ ਮੀਟਿੰਗ ਵਿੱਚੋਂ ਮੀਟਿੰਗ ਨਿਕਲਦੀ ਆ ਜਾਂ ਇਹਨਾਂ ਨੂੰ ਨੌਕਰੀਆਂ ਮਿਲਦੀਆਂ ਨੇ ਕੈਮਰਾਮੈਨ ਤਨੰਜੇ ਸ਼ਰਮਾ ਦੇ ਨਾਲ ਤਰਲੋਚਨ ਸਿੰਘ ਪੀਟੀਸੀ ਨਿਊਜ਼ ਚੰਡੀਗੜ੍ਹ ਇੱਕ ਵੱਡੀ ਖਬਰ